वाहिगुरु जी का खालसा, वाहिगुरु जी की फतेह। पहले तो संगतां नूं, भैणां भरावां नूं साडी एक बहुत जरूरी बेनती है जी। असीं सुपनिआं दे घर विच सारा परिवार मनुखता की सेवा, सब तो वड्डी सेवा परिवार, एक सुपनिआं वर्गी जिंदगी बतीत करदे आ। वो लोग जिहड़े संगलां नाल बन्ने सी, कीड़ियां तों खाधे जा रहे सी, गुलाम बना के रखे सी, सड़कां ते रुलदे सी, अज असीं एक परिवार वांग इत्थे रहिंदे आ। परिवार होर वड्डा होर वड्डा हर रोज दिनों दिन हो जा रहा। उहदे पिछे उस अकाल पुरख वाहिगुरु की कृपा, सच्चे पातशाह गुरु रामदास महाराज की कृपा साडे ते। असीं कुछ भी नहीं करन जोगे, साडी इन्नी औकात ही नहीं सी, साडी इन्नी हैसियत ही नहीं वी असीं प्रशादा एक दिन का भी छका सकीए किसी नूं। ते कल जिहड़े पिछे बहुत सारी कॉन्ट्रवर्सी बनी पई है, बहुत सारियां गल्लां होई जांदियां दरबार साहब दे विच, दर्शनां लई असीं गुरु रामदास महाराज जी दे घर गए ते उत्थे एक ਮਾਮੂਲੀ ਜੀ ਗੱਲ ਹੋਈ, ਉਹਨੂੰ ਐਡਾ ਵੱਡਾ ਬਣਾ ਦਿੱਤਾ ਗਿਆ। ਦੇਖੋ ਪਾਰਟੀਬਾਜ਼ੀਆਂ ਦਾ ਆਪਸ ਵਿੱਚ ਬਹੁਤ ਇੱਕ ਦੂਜੇ ਦੇ ਪ੍ਰਤੀ ਕਮੀਆਂ ਪੇਸ਼ੀਆਂ ਲੱਭਣੀਆਂ, ਇੱਕ ਦੂਜੇ ਦੇ ਪ੍ਰਤੀ ਦੂਸ਼ਣਬਾਜ਼ੀਆਂ ਕਰਨੀਆਂ, ਉਹਨਾਂ ਦਾ ਕੰਮ ਆ। ਪਰ ਅਸੀਂ ਨਾ ਤਾਂ ਭਰਾਵੋ ਕਿਸੇ ਪਾਰਟੀ 'ਚ ਹਾਂ, ਨਾ ਸਾਡਾ ਕਿਸੇ ਪਾਰਟੀ ਨਾਲ ਸੰਬੰਧ ਆ, ਨਾ ਅੱਜ ਤੱਕ ਕੋਈ ਪਾਰਟੀ ਸਾਡੇ ਨਾਲ ਆ ਕੇ ਕਿਸੇ ਨੇ ਇਹ ਹੌਸਲਾ ਦਿੱਤਾ ਵੀ ਅਸੀਂ ਤੁਹਾਡੇ ਨਾਲ ਹਾਂ। ਅਸੀਂ ਤਾਂ ਰੇਤਾ ਲੈਣਾ ਸੀ ਪਿੱਛੇ ਜੇ ਕਹਿ ਕੇ ਹੰਭ ਕੇ, ਕਿਸੇ ਨੇ ਰੇਤਾ ਤੱਕ ਨਹੀਂ ਦਿੱਤਾ ਸਾਨੂੰ। ਚਾਹੇ ਸਰਕਾਰਾਂ ਜਿਹੜੀਆਂ ਪਹਿਲਾਂ ਚਲੇ ਗਈਆਂ, ਚਾਹੇ ਜਿਹੜੀਆਂ ਹੁਣ, ਸਾਡਾ ਕਿਸੇ ਨਾਲ ਮਤਲਬ ਨਹੀਂ। ਸਾਨੂੰ ਤਾਂ ਉਸ ਗੁਰੂ, ਉਹ ਸਰਕਾਰ ਆ ਸਾਡੀ, ਉਹਨੇ ਸੱਚੇ ਪਾਤਸ਼ਾਹ ਨੇ ਕੱਲ੍ਹ ਸਾਨੂੰ ਆਪਣੇ ਘਰ ਦਰਸ਼ਨ ਸੱਚੇ ਪਾਤਸ਼ਾਹ ਨੇ ਕਰਵਾਏ, ਉਹਨਾਂ ਨੇ ਸੱਦਿਆ, ਇਹਨਾਂ ਸਾਰੇ ਬਾਪੂ ਬਜ਼ੁਰਗਾਂ ਨੂੰ ਅਸੀਂ ਲੈ ਕੇ ਉੱਥੇ ਪਹੁੰਚੇ ਅਤੇ ਉੱਥੇ ਕੋਈ ਗੱਲ ਹੀ ਨਹੀਂ ਹੋਈ ਐਡੀ ਵੱਡੀ ਜਿਹੜੀ ਉੱਥੇ ਬਣਾ ਦਿੱਤੀ ਗਈ ਹੈ। ਦੇਖੋ ਉਹ ਵੀਰ ਆਏ, ਉਹਨਾਂ ਦੀ SGPC ਦੇ ਮੁਲਾਜ਼ਮ, ਉਹਨਾਂ ਦੀ ਡਿਊਟੀ ਬਣਦੀ ਆ ਉੱਥੇ। ਉਹਨਾਂ ਨੇ ਆ ਕੇ ਆਪਣਾ ਫਰਜ਼ ਨਿਭਾਉਣ ਦਾ ਯਤਨ ਕੀਤਾ, ਅਸੀਂ ਲਾਈਵ 'ਤੇ ਗੱਲ ਕਰ ਰਹੇ ਸੀਗੇ, ਸਾਨੂੰ ਲੱਗਿਆ ਵੀ ਉਹਨਾਂ ਨੇ ਆ ਕੇ ਇੱਕਦਮ ਇੱਦਾਂ ਪੜ ਲਿਆ ਅਤੇ ਮੈਂ ਅਸੀਂ ਉਹਨਾਂ ਨੂੰ ਜਾ ਕੇ ਕਿਹਾ ਵੀ ਬਾਈ ਤੂੰ ਐਂ ਨਾ ਕਰ, ਨੋਰਮਲੀ ਗੱਲ ਹੋਈ। ਉਦੋਂ ਬਾਅਦ ਦਰਬਾਰ ਸਾਹਿਬ ਵੱਲ ਨੂੰ ਅਸੀਂ ਤੁਰੇ, ਉਹਨਾਂ ਨੇ ਇੰਨਾ ਮਾਣ ਕੀਤਾ ਸਾਡਾ SGPC ਦੇ ਮੁਲਾਜ਼ਮਾਂ ਨੇ, ਮੂਹਰੇ ਆ ਕੇ ਸਾਰਿਆਂ ਨੇ, ਜਿਹੜੇ ਉੱਥੋਂ ਦੇ ਇੰਚਾਰਜ ਸੀ ਭਾਈ ਸਾਹਿਬ, ਉਹਨਾਂ ਦਾ ਨਾਂ ਹੁਣ ਮੈਂ ਵਿਸਰ ਗਿਆ, ਅਤੇ ਉਹਨਾਂ ਨੇ ਸਾਰਿਆਂ ਨੇ, ਕਿਉਂਕਿ ਸਾਡੇ ਲਈ ਉਹਨਾਂ ਦਾ ਕਿਸੇ ਇਨਸਾਨ ਦਾ ਉੱਥੇ ਨਾਮ ਨਹੀਂ, ਸਾਡੇ ਲਈ ਉਹ ਗੁਰੂ ਦੇ ਘਰ ਦੇ ਸੇਵਾਦਾਰ ਸੀਗੇ, ਅਤੇ ਉਹਨਾਂ ਨੇ ਸਾਰਿਆਂ ਨੇ ਆ ਕੇ ਸਾਨੂੰ ਸਪੈਸ਼ਲੀ ਬਜ਼ੁਰਗਾਂ ਨੂੰ ਨਾਲ ਹੋ ਕੇ ਲਾਈਨ ਦੇ ਵਿੱਚ ਖੜਾ ਕੇ ਦਰਸ਼ਨ ਕਰਵਾਏ। ਸਾਰਿਆਂ ਨੇ ਦਰਸ਼ਨ ਕੀਤੇ, ਬੜੀ ਅਸੀਂ ਚੰਗੀ ਤਰ੍ਹਾਂ ਨਾਲ ਗੁਰੂ ਘਰ ਦੇ ਵਿੱਚ ਜਾ ਕੇ, ਜਿਹੜਾ ਕਦੇ ਸੋਚਿਆ ਨਹੀਂ, ਸਾਨੂੰ ਐਂ ਲੱਗਦਾ ਸੀ ਪਤਾ ਨਹੀਂ ਕਿੰਨਾ ਔਖਾ ਹੋਊ ਉੱਥੇ, ਕਿਉਂਕਿ ਅਪਾਹਜ ਮੈਂਬਰ ਸੀ ਸਾਡੇ ਨਾਲ ਬਹੁਤ ਸਾਰੇ ਬਜ਼ੁਰਗ ਸੀ ਜਿਹੜੇ ਖੜ੍ਹ ਨਹੀਂ ਸਕਦੇ ਸੀਗੇ, ਅਤੇ ਉਹਨਾਂ ਸਾਰਿਆਂ ਨੇ ਉੱਥੇ ਗੁਰੂ ਦੇ ਘਰ 'ਚ ਅਸੀਂ ਨਮਸਤਕ ਹੋਏ, ਸ਼ੁਕਰਾਨਾ ਕੀਤਾ ਸੱਚੇ ਪਾਤਸ਼ਾਹ ਦਾ ਵੀ ਵਾਹਿਗੁਰੂ ਜੀ ਤੁਸੀਂ ਜਿਹੜੀ ਸੇਵਾ ਸੱਚੇ ਪਾਤਸ਼ਾਹ ਬਖਸ਼ੀ ਆ ਗੁਰੂ ਰਾਮਦਾਸ ਮਹਾਰਾਜ ਜੀ, ਵੀ ਉਹ ਅਸੀਂ ਇਸੇ ਤਰ੍ਹਾਂ ਕਰਦੇ ਰਹੀਏ, ਤੁਸੀਂ ਸਾਡੇ 'ਤੇ ਮਿਹਰ ਭਰਿਆ ਹੱਥ ਰੱਖਿਓ। ਅਤੇ ਅਸੀਂ ਇਹ ਸ਼ੁਕਰਾਨਾ ਕਰਨ ਹੀ ਗਏ ਸੀ, ਸੁੱਖਣਾ ਲਾਉਣ ਲਈ ਗਏ ਸੀ ਉੱਥੇ, ਅਤੇ ਉਹ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਦਰਸ਼ਨ ਕਰਕੇ ਸੁਖੀ ਸਾਂਦੀ, ਬਹੁਤ ਖੁਸ਼ੀ ਖੁਸ਼ੀ ਅਸੀਂ ਉੱਥੇ। ਉਹਨਾਂ ਨੇ ਸਾਰੇ ਮੁਲਾਜ਼ਮਾਂ ਨੇ ਸਾਡੀ ਬਹੁਤ ਮਦਦ ਕੀਤੀ। ਬਾਹਰ ਆਏ, ਬਾਬਾ ਟਲ ਸਾਹਿਬ ਗੁਰੂ ਘਰ 'ਚ ਆ ਕੇ ਪ੍ਰਸ਼ਾਦਾ ਛਕਿਆ। ਉਸ ਤੋਂ ਬਾਅਦ ਅਸੀਂ ਇਹਨਾਂ ਨੇ ਸਾਰਿਆਂ ਦਾ ਪਲੈਨ ਸੀ ਬਾਪੂ ਉਹਨਾਂ ਨੂੰ ਲੈ ਕੇ ਜਾਣੀ, ਸਾਡਾ ਪਿੰਡ ਨਾਂ ਦੀ ਉੱਥੇ ਜਗ੍ਹਾ ਸੀ ਇੱਕ, ਜਿੱਥੇ ਇਹਨਾਂ ਦਾ ਥੋੜ੍ਹਾ ਟਾਈਮ ਇਹਨਾਂ ਨੇ ਆਪਣਾ ਜ਼ਿੰਦਗੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ, ਅਤੇ ਉੱਥੇ ਗਏ। ਉਸ ਤੋਂ ਬਾਅਦ ਰਾਤ ਅਸੀਂ 12:30 ਵਜੇ ਆ ਕੇ ਘਰੇ ਪਹੁੰਚੇ ਹਾਂ, 1 ਵਜੇ ਅਸੀਂ ਪਏ ਹਾਂ, ਸਾਨੂੰ ਨਹੀਂ ਪਤਾ ਸੀ ਕੀ ਆ। ਜਦੋਂ ਸਵੇਰੇ ਉੱਠੇ ਹਾਂ, ਇੱਕਦਮ ਸੋਸ਼ਲ ਮੀਡੀਆ 'ਤੇ ਦੇਖਿਆ, ਆਪਣੇ ਆਪ ਨੂੰ ਵੀ ਬੜੀ ਸੱਟ ਲੱਗੀ ਵੀ ਆਹ ਕੀ ਕਹੀ ਜਾਂਦੇ ਲੋਕ, ਕੋਈ ਕੁਛ ਕਹੀ ਜਾਂਦਾ, ਲੜ ਪਏ, ਕੋਈ ਕਹਿ ਰਿਹਾ ਜੀ ਇਹ ਤਾਂ ਐਂ ਹੋ ਗਿਆ, ਕੋਈ ਉਹ ਹੋ ਗਿਆ। ਮੈਂ ਉਹ ਲਫ਼ਜ਼ ਵੀ ਨਹੀਂ ਬੋਲਣਾ ਚਾਹੁੰਦਾ ਜਿਹੜੇ ਮੇਰੇ ਗੁਰੂ ਦੀ ਨਗਰੀ ਦੇ ਵਿੱਚ ਅਸੀਂ ਦਰਸ਼ਨ ਕਰਕੇ ਆਏ, ਉਹਦੇ ਮੁਕਾਬਲੇ 'ਚ ਉਹ ਲਫ਼ਜ਼ ਵੀ ਸਾਡੇ ਮੂੰਹੋਂ ਨਿਕਲਣੇ ਨਹੀਂ ਚਾਹੀਦੇ, ਕਿਉਂਕਿ ਉਹ ਮੇਰੇ ਸਾਡੇ ਗੁਰੂ ਦਾ ਘਰ ਆ, ਉਹ ਗੁਰੂ ਰਾਮਦਾਸ ਮਹਾਰਾਜ ਜੀ ਦਾ ਘਰ ਆ। ਅਸੀਂ ਉੱਥੇ ਕੋਈ ਲੜਨ ਥੋੜ੍ਹੀ ਗਏ ਸੀ ਬਾਈ ਜੀ, ਅਸੀਂ ਉੱਥੇ ਕਿਸੇ ਦੂਸ਼ਣਬਾਜ਼ੀ ਕਰਨ ਥੋੜ੍ਹੀ ਗਏ ਸੀਗੇ। ਹੁਣ ਸਾਨੂੰ ਪੱਤਰਕਾਰਾਂ ਦੇ ਇੰਨੇ ਫੋਨ ਆਈ ਜਾਂਦੇ ਆ, ਇੰਨੇ ਸੁਨੇਹੇ ਆਈ ਜਾਂਦੇ ਆ ਵੀ ਬਾਈਟ ਲੈਣੀ ਹੈ ਜੀ, ਕੋਈ ਕਹਿ ਰਿਹਾ ਇੰਟਰਵਿਊ ਲੈਣੀ ਹੈ, ਭਰਾਵੋ ਅਸੀਂ ਇਸ ਟੋਪਿਕ 'ਤੇ ਇੱਕ ਲਫ਼ਜ਼ ਵੀ ਇੰਟਰਵਿਊ ਦਾ ਨਹੀਂ ਦੇਣਾ, ਇੱਕ ਵੀ ਬਾਈਟ ਨਹੀਂ ਕਿਸੇ ਨੂੰ ਦੇਣੀ ਚਾਹੁੰਦੇ। ਬਾਈਟ ਕਾਹਦੀ ਆ ਬਾਈ, ਬਾਈਟ ਤਾਂ ਇਹ ਆ ਸਾਡੀ ਵੀ ਅਸੀਂ ਗੁਰੂ ਦੇ ਘਰ ਗਏ, ਗੁਰੂ ਦੇ ਦਰਸ਼ਨ ਕਰੇ, ਗੁਰੂ ਦੇ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ, ਉਹ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਡੇ 'ਤੇ ਕਿਰਪਾ ਕੀਤੀ, ਅਸੀਂ ਸੁੱਖੀ ਸਾਂਦੀ ਘਰੇ ਵਾਪਸ ਆ ਗਏ ਸਾਰੇ। ਤੁਸੀਂ ਸ਼ੁਕਰਾਨਾ ਕਰੋ, ਜੇ ਤੁਸੀਂ ਕਰਨੀ ਹੈ ਤਾਂ ਅਰਦਾਸ ਕਰੋ ਸਾਡੇ ਲਈ, ਸਾਡੇ ਇਸ ਪਰਿਵਾਰ ਲਈ, ਸਾਡੇ ਇਹਨਾਂ ਬਾਪੂ ਬਜ਼ੁਰਗਾਂ ਲਈ ਵੀ ਅਸੀਂ ਇਹਨਾਂ ਦੇ ਪੁੱਤ ਬਣ ਸਕੀਏ, ਇਹਨਾਂ ਨੌਜਵਾਨ ਵੀਰਾਂ ਦੇ ਭਰਾ ਬਣ ਸਕੀਏ, ਉਹ ਮਾਵਾਂ ਦੇ ਪੁੱਤ ਬਣ ਸਕੀਏ, ਭੈਣਾਂ ਦੇ ਭਰਾ ਬਣ ਸਕੀਏ, ਕਿਸੇ ਉਸ ਭੈਣ ਦੇ ਜਿਹੜੀ ਵਿਚਾਰੀ ਅੱਖਾਂ ਤੋਂ ਅੰਨੀ ਜਾਂ ਬਿਨਾਂ ਕੱਪੜਿਆਂ ਤੋਂ ਸੜਕਾਂ 'ਤੇ ਘੁੰਮਣ ਲਈ ਮਜਬੂਰ ਸੀ, ਅੱਜ ਉਸ ਭੈਣ ਨੂੰ ਇੱਥੇ ਘਰ ਮਿਲ ਗਿਆ, ਉਹਨੂੰ ਆਪਾਂ ਕੌਂਟਰਵਰਸੀ ਦੇ ਵਿੱਚ ਪਾ ਕੇ, ਸਾਨੂੰ ਨਾ ਬਾਈ ਜੀ ਕੌਂਟਰਵਰਸੀ 'ਚ ਪਾਇਆ, ਸਾਡੇ ਸੁਪਨਿਆਂ ਦੇ ਘਰ ਹੋਣਾ ਪਲੀਜ਼। ਸਾਡੀ ਹੱਥ ਜੋੜ ਕੇ ਬੇਨਤੀ ਆ, ਜੇ ਕਿਤੇ
ਸਾਤੋਂ ਕੋਈ ਗਲਤੀ ਹੋ ਵੀ ਜਾਂਦੀ ਹੈ ਬਾਈ ਬਣ ਕੇ ਢਾ ਕੇ ਦਿਆ ਕਰੋ। ਅਸੀਂ ਗਲਤੀਆਂ ਦੇ ਪੁਤਲੇ ਇਨਸਾਨ ਆ, ਸਾਡੀ ਜ਼ਿੰਦਗੀ ਦਾ ਜ਼ਿਆਦਾਤਰ ਹਿੱਸਾ ਸੋਸ਼ਲ ਮੀਡੀਆ 'ਤੇ ਚੱਲਦਾ ਕਿਉਂਕਿ ਅਸੀਂ ਪਰਿਵਾਰ ਨੂੰ ਸਾਰੇ ਨੂੰ ਸਾਰਾ ਦਿਨ ਸੋਸ਼ਲ ਮੀਡੀਆ ਦੇ ਨਾਲ ਜੋੜ ਕੇ ਰੱਖਦੇ ਹਾਂ ਆਪਣੇ ਨੂੰ, ਤਾਂ ਉਹਦੇ ਕਰਕੇ ਸੋਸ਼ਲ ਮੀਡੀਆ 'ਤੇ ਕਈ ਵਾਰੀ ਜਦੋਂ ਵੀਡੀਓ ਸ਼ੇਅਰ ਕਰਦੇ ਹਾਂ ਆਪਾਂ ਤਾਂ ਕੋਈ ਨਾ ਕੋਈ ਲਫ਼ਜ਼, ਕੋਈ ਨਾ ਕੋਈ ਉੱਚੀ ਨੀਚੀ ਹੋ ਜਾਂਦੀ ਆ। ਪਰ ਜੇ ਤੁਸੀਂ ਸਾਨੂੰ ਪਿਆਰ ਕਰਦੇ ਹੋ, ਜੇ ਤੁਸੀਂ ਵਾਕਈ ਸਤਿਕਾਰ ਕਰਦੇ ਹੋ ਸੁਪਨਿਆਂ ਦੇ ਘਰ ਦੇ ਵਿੱਚ ਰਹਿੰਦੇ ਮੈਂਬਰਾਂ ਦਾ, ਤਾਂ ਪਲੀਜ਼ ਉਹ ਸਾਡੀ ਮਾੜੀ ਮੋਟੀ ਕੀਤੀ ਹੋਈ ਕਿ ਹੁਣ ਤਾਈ ਨੂੰ ਢਾਕੀ ਦਿਆ ਕਰੋ ਯਾਰ ਬਾਈ। ਅਸੀਂ ਕੋਈ ਬਾਈ ਜੀ ਉੱਥੇ ਗੁਰੂ ਦੇ ਘਰ ਦੇ ਵਿੱਚ ਕੋਈ ਉੱਥੇ ਕੋਈ ਉਹ ਨਹੀਂ ਸੀ ਲੈਣ ਗਏ ਵੀ ਸਾਡਾ ਕੋਈ ਉੱਥੇ ਚੈਨਲਾਂ 'ਤੇ ਚੱਲੇ ਭਰਾਵੋ। ਮਹਾਰਾਜ ਨੇ ਬੜੀ ਕਿਰਪਾ ਕੀਤੀ ਆ ਦੁਨੀਆਂ ਦੇ ਵਿੱਚ, ਸੱਚੇ ਪਾਤਸ਼ਾਹ ਨੇ ਇਹਨਾਂ ਸਾਰੇ ਬਾਪੂ ਬਜ਼ੁਰਗਾਂ ਵਾਸ ਕਰਕੇ ਸਾਨੂੰ ਇੰਨਾ ਮਾਣ ਸਤਿਕਾਰ ਪਿਆਰ ਮਿਲਦਾ ਵਾ, ਇਸ ਤੋਂ ਵੱਡਾ ਹੋਰ ਕੀ ਚਾਹੀਦਾ ਦੁਨੀਆਂ 'ਤੇ। ਪਰ ਬਹੁਤ ਮਨ ਦੁਖੀ ਹੋਇਆ ਵੀ ਇਸ ਚੀਜ਼ ਨੂੰ ਅੱਜ ਸਵੇਰੇ ਉੱਠਿਆ ਜਦੋਂ ਦਾ ਵੀ ਆਹੀ ਦੇਖੀ ਜਾਂਦੇ ਹਾਂ ਵੀ ਕਿਹੜੇ ਚੈਨਲ ਨੇ ਕੀ ਲਿਖਿਆ ਪਿਆ, ਕਿਹੜੇ ਚੈਨਲ ਨੇ ਕਿਸੇ ਦਾ ਕਿਹਦਾ ਫੋਨ ਆਉਂਦਾ, ਕਿਸੇ ਦਾ ਕਿਹਦਾ ਫੋਨ ਆਉਂਦਾ, ਕੀ ਫਾਇਦਾ ਬਾਈ। ਸਾਨੂੰ ਇੰਨੇ ਸਪੋਰਟ ਵਾਲੇ ਫੋਨ ਆਏ ਬਾਈ ਬਹੁਤ ਵਧੀਆ, ਤੁਸੀਂ ਚੱਕ ਦਿਉ ਅਸੀਂ ਨਾਲ ਆ ਭਰਾਵੋ, ਅਸੀਂ ਕਿਹੜੇ ਲੜਨਾ ਯਾਰ, ਅਸੀਂ ਕੋਈ ਲੜਨ ਗਏ ਸੀ ਉੱਥੇ ਬਾਈ, ਸਾਨੂੰ ਕਿਸੇ ਸਪੋਰਟ ਦੀ ਵੀ ਲੋੜ ਨਹੀਂ। ਗੁਰੂ ਦੇ ਘਰ ਜਾ ਕੇ ਕੋਈ ਅਸੀਂ ਮੱਸੇ ਰੰਗੜ ਦੇ ਵਾਰਸ ਹਾਂ ਵੀ ਅਸੀਂ ਜਾ ਕੇ ਉੱਥੇ ਲੜਨਾ ਜਾ ਕੇ। ਅਸੀਂ ਤਾਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਇੱਕ ਅਦਨੇ ਜਿਹੇ ਸੇਵਕ ਹਾਂ, ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ ਸਾਨੂੰ ਇਸੇ ਤਰ੍ਹਾਂ ਸੇਵਾ ਕਰਨ ਦਾ ਬਲ ਬਖਸ਼ਣ, ਅਸੀਂ ਇਹ ਸੇਵਾ ਨੂੰ ਇਸੇ ਤਰ੍ਹਾਂ ਨਿਰੰਤਰ ਕਰਦੇ ਰਹੀਏ। ਗੁਰੂ ਰਾਮਦਾਸ ਮਹਾਰਾਜ ਜੀ ਦੀ ਦਿੱਤੀ ਹੋਈ ਇਹ ਸੇਵਾ ਜਿਹੜੀ ਭਗਤ ਪੂਰਨ ਸਿੰਘ ਜੀ ਦੇ ਦੱਸੇ ਹੋਏ ਰਾਹ 'ਤੇ ਭਾਈ ਘਨੱਈਆ ਜੀ ਦੇ ਦਿੱਤੇ ਹੋਏ ਉਸ ਫਲਸਫੇ 'ਤੇ ਚੱਲਣ ਦਾ ਯਤਨ ਕਰਦੇ ਹਾਂ, ਅਤੇ ਬੇਨਤੀ ਹੈ ਸਾਨੂੰ ਕੋਈ ਵੀ ਬਾਈਟ ਲੈਣ ਵਾਲਾ ਫੋਨ ਨਾ ਕਰੇ ਬਾਈ। ਜੇ ਕਿਸੇ ਵੀਰ ਦਾ ਮਨ ਦੁਖੀ ਵੀ ਹੋਇਆ ਸਾਡੀ ਇਸ ਗਲਤੀ ਨਾਲ ਜਾਂ ਇਸ ਗੱਲ ਨਾਲ, ਤਾਂ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਭਰਾਵੋ, ਸਾਨੂੰ ਉੱਥੇ ਕੋਈ ਸਮੱਸਿਆ ਨਹੀਂ ਆਈ। ਹਾਂ ਠੀਕ ਆ, ਜਿੱਥੇ ਕੋਈ ਗਲਤੀਆਂ ਹੁੰਦੀਆਂ ਅਸੀਂ ਕਹਿੰਦੇ ਹਾਂ, ਅਗਾਂਹ ਵੀ ਕਹਿੰਦੇ ਰਹਾਂਗੇ, ਪਰ ਉੱਥੇ ਕੋਈ ਪ੍ਰੋਬਲਮ ਨਹੀਂ ਸੀ। SGPC ਦੇ ਕਈ ਮੈਂਬਰਾਂ ਦੀਆਂ ਜਿਵੇਂ ਅਸੀਂ ਲੈ ਕੇ ਆਉਂਦੇ ਹਾਂ ਉੱਥੇ, ਜੇ ਕੋਈ ਬਜ਼ੁਰਗ ਪਿਆ ਹੁੰਦਾ ਬਾਹਰ ਜਾਂ ਕਿਵੇਂ, ਅਸੀਂ ਆਪਣੀਆਂ ਵੀਡੀਓ 'ਚ ਅੱਗੇ ਵੀ ਗੱਲ ਕਰਦੇ ਰਹਿੰਦੇ ਹਾਂ ਵੀ ਉਹਨਾਂ ਦੀ ਜਿਹੜੀ ਡਿਊਟੀ ਬਣਦੀ ਸੀ ਪ੍ਰਬੰਧਕਾਂ ਦੀ। ਪਰ ਗੁਰੂ ਦੇ ਘਰ ਦੇ ਵਿੱਚ ਗੁਰੂ ਦੀ ਉਹ ਜਿਹੜੀ ਸਰਮੌਰ ਜਥੇਬੰਦੀ ਦੇ, ਉਹਦੇ ਖਿਲਾਫ ਅਸੀਂ ਨਹੀਂ ਹੈਗੇ। ਉੱਥੋਂ ਦੇ ਕੁਛ ਇਨਸਾਨ ਹੋ ਸਕਦੇ ਆ ਕਿਤੇ ਗਲਤੀ ਕਰਨ, ਅਸੀਂ ਉਹਦੇ ਬਾਰੇ ਅੱਗੋਂ ਵੀ ਕਰਦੇ ਰਹਾਂਗੇ, ਅੱਜ ਵੀ ਕਰਦੇ ਹਾਂ, ਪਰ ਜਿਹੜਾ ਕੱਲ੍ਹ ਉੱਥੇ ਕੁਛ ਹੋਇਆ ਉਹਦੇ ਪਿੱਛੇ ਕੋਈ ਰੌਲਾ ਨਹੀਂ, ਕੋਈ ਗੱਲ ਨਹੀਂ। ਕੱਲ੍ਹ ਅਸੀਂ ਸ਼ਰਧਾ ਪੂਰਵਕ ਤਰੀਕੇ ਨਾਲ ਗਏ ਸੀਗੇ, ਸ਼ਰਧਾ ਪੂਰਵਕ ਤਰੀਕੇ ਨਾਲ ਮੱਥਾ ਟੇਕਿਆ। ਉਹਨਾਂ ਦੇ ਜਿਹੜੇ ਉੱਥੇ ਵੀਰ ਸੀਗੇ ਜਿੰਨੇ ਵੀ, ਜਿਨ੍ਹਾਂ ਨੇ ਸਾਡੀ ਮਦਦ ਕੀਤੀ ਆ, ਉਹਨਾਂ ਨੇ ਸਾਨੂੰ ਪੂਰੇ ਗੁਰੂ ਦੇ ਦਰਸ਼ਨ ਕਰਵਾਏ ਉੱਥੇ ਸਾਰਾ। ਸਾਡੇ ਕਈ ਵੀਰਾਂ ਨੂੰ ਚੱਕ ਕੇ ਅਸੀਂ ਲੈ ਕੇ ਗਏ ਦੂਜੇ ਪਾਸੇ ਦੇ, ਜਿੱਧਰ ਦੀ ਲੋਕ ਆਉਂਦੇ ਆ ਵਾਪਸ, ਸਾਡੇ ਵਲੰਟੀਅਰਾਂ ਨੇ ਉਹਨਾਂ ਨੂੰ ਚੁੱਕਿਆ, ਚੱਕ ਕੇ ਅੰਦਰ ਦਰਸ਼ਨ ਕਰਵਾਏ। ਉਹਨਾਂ ਨੇ ਪੂਰੀ ਸਾਡੇ ਨਾਲ ਹੋ ਕੇ ਜ਼ਿੰਮੇਵਾਰੀ ਦੇ ਨਾਲ ਫਿਰ ਉੱਥੋਂ ਬਾਹਰ ਨਿਕਲੇ। ਜਦੋਂ ਅਸੀਂ ਉੱਥੇ ਆਏ ਦਫ਼ਤਰ ਦੇ ਕੋਲ, ਉੱਥੇ ਆ ਕੇ ਵੀ ਉਹਨਾਂ ਨੇ ਵੀਰਾਂ ਨੇ ਸਾਨੂੰ ਮਿਲੇ, ਧੰਨਵਾਦ ਕੀਤਾ, ਪੁੱਛਿਆ ਵੀ ਕੋਈ ਹੋਰ ਜ਼ਰੂਰਤ, ਕੁਛ ਲਫ਼ਜ਼ ਹੀ ਨਹੀਂ ਕਹਿਣ ਨੂੰ ਬਾਈ। ਬਸ ਇੰਨੀਆਂ ਕੁ ਬੇਨਤੀਆਂ ਸੀ ਸਾਡੀਆਂ ਵੀ ਅਸੀਂ ਇਸ ਕੰਟਰੋਵਰਸੀ ਨੂੰ ਬਰਾਮ ਲਾਉਂਦੇ ਹਾਂ। ਜੇ ਤੁਸੀਂ ਵਾਕਈ ਸਾਨੂੰ ਪਿਆਰ ਕਰਦੇ ਹੋ, ਜੇ ਤੁਸੀਂ ਵਾਕਈ ਚਾਹੁੰਦੇ ਹੋ ਇਹ ਸੁਪਨਿਆਂ ਦੇ ਘਰ ਵਿੱਚ ਰਹਿੰਦੇ ਇਹਨਾਂ ਬਾਪੂ ਬਜ਼ੁਰਗਾਂ ਦਾ ਜਿਹੜਾ ਪਰਿਵਾਰ ਹੋਰ ਵੱਡਾ ਅਤੇ ਹੋਰ ਇਹਨਾਂ ਨੂੰ ਆਰਾਮ ਅਤੇ ਸੁੱਖ ਮਿਲਦਾ ਰਹੇ, ਤਾਂ ਪਲੀਜ਼ ਇੱਥੇ ਹੀ ਬਾਈ ਸਟੋਪ ਕਰ ਦਿਓ। ਤੁਹਾਡੇ ਕੀਤੀਆਂ ਹੋਈਆਂ ਗੱਲਾਂ ਸਾਡੇ ਘਰ ਨੂੰ ਕਿਤੇ ਨਾ ਕਿਤੇ, ਸਾਡੇ ਪਰਿਵਾਰ ਨੂੰ ਕਿਤੇ ਨਾ ਕਿਤੇ ਦੁੱਖ ਦਿੰਦੀਆਂ ਵਾ ਬਾਈ। ਸਾਡੀ ਇਹ ਬੇਨਤੀ ਹੈ ਤੁਹਾਨੂੰ, ਹੱਥ ਜੋੜ ਕੇ ਕੋਈ ਵੀਰ ਸਾਨੂੰ ਫੋਨ ਨਾ ਕਰੇ ਇਸ ਬਾਰੇ, ਨਾ ਅਸੀਂ ਕੋਈ ਸਫਾਈ ਦੇਣੀ। ਕੋਈ ਸਫਾਈ ਤਾਂ ਉਹਦੀ ਹੁੰਦੀ ਜੇ ਕੋਈ ਰੌਲਾ ਪਿਆ ਹੋਵੇ, ਕੋਈ ਲੜਾਈ ਹੋਈ ਹੋਵੇ, ਨੋਰਮਲੀ ਇੱਕ ਗੱਲ ਹੋਈ, ਉਸ ਤੋਂ ਬਾਅਦ ਅਸੀਂ ਤੁਰ ਕੇ ਦਰਬਾਰ ਸਾਹਿਬ ਚਲੇ ਗਏ, ਵਾਪਸ ਆ ਗਏ ਚੰਗੇ ਭਲੇ। ਕੋਈ ਅਸੀਂ ਗੱਲ ਨਹੀਂ ਕਹੀ ਖਿਲਾਫ ਵੀ ਅਸੀਂ ਭਾਈ ਉਹਨਾਂ ਨੇ ਸਾਨੂੰ ਐਂ ਕਹਿਤਾ ਉਹ ਕਰਤਾ, ਕੋਈ ਗੱਲ ਹੀ ਨਹੀਂ। ਠੀਕ ਹੈ, ਇਨਸਾਨ ਆ, ਉੱਥੇ ਕਈ ਵਾਰੀ ਕੋਈ ਜਾਂਦਾ ਬੰਦੇ ਨੂੰ ਕੋਈ ਗੱਲ ਹੁੰਦੀ ਆ ਮਾੜੀ ਜਿਹੀ, ਆਪਾਂ ਜੇ ਗੱਲ ਬੋਲ ਦਿੰਦੇ ਹਾਂ ਕੋਈ, ਇਹਦਾ ਮਤਲਬ ਇਹ ਨਹੀਂ ਵੀ ਅਸੀਂ ਖਿਲਾਫ਼ ਖੜੇ ਹੋ ਗਏ ਉਹਨਾਂ ਦੇ ਹੁਣ। ਅਤੇ ਬਹੁਤ ਧੰਨਵਾਦ ਆ, ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੇ ਉਪਾਸਕ ਹਾਂ, ਬਣੇ ਰਹਾਂਗੇ ਸਦਾ, ਅੱਗੋਂ ਵੀ ਜਾਂਦੇ ਰਹਾਂਗੇ। ਪਹਿਲਾ ਜੱਥਾ ਲੈ ਕੇ ਗਏ ਸੀਗੇ ਥੋੜ੍ਹੇ ਟਾਈਮ ਤੱਕ, ਦੁਬਾਰਾ ਜਿਹੜੇ ਬਾਪੂ ਬਜ਼ੁਰਗ ਰਹੇ, ਕਿਉਂਕਿ 400 ਮੈਂਬਰ ਆ ਸਾਡੇ, 400 ਮੈਂਬਰਾਂ 'ਚੋਂ ਕੱਲ੍ਹ ਅਸੀਂ 100 ਦੇ ਕਰੀਬ ਹੀ ਗਏ ਹਾਂ, 100 ਤੋਂ ਵੀ ਘੱਟ ਸੀ, ਬਾਕੀ ਵਲੰਟੀਅਰ ਸੀਗੇ। ਅਗਲਾ ਜੱਥਾ ਵੀ ਲੈ ਕੇ ਜਾਣਾ, ਬੀਬੀਆਂ ਦਾ ਜੱਥਾ ਲੈ ਕੇ ਜਾਣਾ, ਜਾਂਦੇ ਰਹਾਂਗੇ। ਮਹਾਰਾਜ ਮਿਹਰ ਕਰਨ, ਸੱਚੇ ਪਾਤਸ਼ਾਹ ਸਾਨੂੰ ਦਰਸ਼ਨ ਇਸੇ ਤਰ੍ਹਾਂ ਕਰਨ ਦਾ ਬਲ ਬਖਸ਼ਣ, ਬੁੱਧੀ ਬਖਸ਼ਣ। ਅਸੀਂ ਇਹਨਾਂ ਬਾਪੂ ਬਜ਼ੁਰਗਾਂ ਦਾ, ਜਿਨ੍ਹਾਂ ਨੇ ਕਦੇ ਦਰਬਾਰ ਸਾਹਿਬ ਹੀ ਨਹੀਂ ਸੀ ਦੇਖਿਆ, ਇੰਨੇ ਸਾਲ ਦੇ ਹੋ ਗਏ ਸੀਗੇ, ਸਿੱਖਾਂ ਦੇ ਪਰਿਵਾਰਾਂ ਦੇ ਵਿੱਚ ਵੀ ਜੰਮੇ ਹੋਏ ਸੀ ਕਈ ਵਿਚਾਰੇ, 40-40 ਸਾਲਾਂ ਤੋਂ ਤਾਂ ਗੁਲਾਮ ਸੀਗੇ, ਅਤੇ ਉਹਨਾਂ ਨੇ ਵੀ ਕੱਲ੍ਹ ਦਰਸ਼ਨ ਕੀਤੇ। ਬਾਪੂ ਭਗਤ ਸਿੰਘ ਜੀ ਆ, 40-42 ਸਾਲਾਂ ਤੋਂ ਬਾਪੂ ਜੀ ਗੁਲਾਮ ਕੀਤੇ ਹੋਏ ਸੀਗੇ ਬੰਦੇ ਨੇ, ਕੱਲ੍ਹ ਇਹਨਾਂ ਨੇ ਦਰਬਾਰ ਸਾਹਿਬ ਪਹਿਲੀ ਵਾਰੀ ਜ਼ਿੰਦਗੀ ਦੇ ਵਿੱਚ ਜਾ ਕੇ ਦਰਸ਼ਨ ਕੀਤੇ, ਜਿਹੜੇ ਚੱਲ ਵੀ ਨਹੀਂ ਸਕਦੇ, ਤੁਰ ਵੀ ਨਹੀਂ ਸਕਦੇ ਸੀ। ਬਸ ਇਹਨਾਂ ਚੀਜ਼ਾਂ ਦਾ ਖਿਆਲ ਰੱਖਿਓ, ਇਹਨਾਂ ਦੇ ਚਿਹਰਿਆਂ ਵੱਲ ਦੇਖ ਕੇ ਜ਼ਰੂਰ ਸੋਚਿਓ ਵੀ ਇਹਨਾਂ ਦੀ ਕੀ ਗਲਤੀ ਕੀਤੀ ਹੈ ਇਹ ਜੀ, ਜਿਹੜਾ ਆਪਾਂ ਇਹਨਾਂ ਨੂੰ ਐਵੇਂ ਬਿਨਾਂ ਵਜ੍ਹਾ ਤੋਂ ਕੰਟਰੋਵਰਸੀ 'ਚ ਪਾ ਰਹੇ ਹਾਂ। ਬਸ ਇੰਨੀਆਂ ਕੁ ਬੇਨਤੀਆਂ, ਬਾਕੀ ਗੁਰੂ ਮੇਰਾ ਜਾਣੀ ਜਾਣ, ਜੇ ਸਾਤੋਂ ਕੋਈ ਜਾਣੇ ਅਣਜਾਣੇ 'ਚ ਗਲਤੀ ਹੋਈ ਆ, ਅਸੀਂ ਗੁਰੂ ਦੇ ਸਮੇਂ
100 ਵਾਰ ਨਮਸਤਕ ਹੋ ਕੇ ਮਾਫੀ ਮੰਗਦੇ ਹਾਂ ਜੇ ਗੁਰੂ ਸਾਹਿਬ ਨੇ ਸੱਚੇ ਪਾਤਸ਼ਾਹ ਸਾਨੂੰ ਅਸੀਂ ਬਖਸ਼ਣਹਾਰ ਨੇ ਅਸੀਂ ਭੁੱਲਣਹਾਰ ਹਾਂ ਗਲਤੀਆਂ ਦੇ ਪੁੱਤਲੇ ਹਾਂ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰਨ ਜੇ ਸਾਡੇ ਤੋਂ ਕੱਲ੍ਹ ਕੋਈ ਉੱਥੇ ਗੁਸਤਾਖੀ ਹੋਈ ਆ ਗੁਰੂ ਸਾਹਿਬ ਦੇ ਅੱਗੇ ਅਸੀਂ ਮੱਥਾ ਰਗੜ ਕੇ ਮਾਫੀ ਮੰਗਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ